ਸਤਿ ਸ਼੍ਰੀ ਅਕਾਲ ਦੋਸਤੋ ਹੁਨੇ ਹੁਨੇ ਹਾਈ ਕੋਰਟ ਨੇ ਕੀਤਾ ਵੱਡਾ ਐਲਾਨ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀਆਂ ਵਿਰਾਸਤੀ ਥਾਵਾਂ ਸਦਨਕ ਕਸਾਈ ਮਸਜਿਦ ਤੇ 우ਸਤਾਦ ਸ਼ਾਗਰਦ ਦੇ ਮਕਬਰੇ ਦੀ ਖਸਤਾ ਹਾਲਾਤ ਸਬੰਧੀ ਦਾਇਰ ਜਾਂ ਨਹਿਿਤ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਨਾਲ ਹੀ ਇਨਾ ਮਾਰਦਾਂ ਦੇ ਸਬੰਧੀ ਸਟੇਟਸ ਰਿਪੋਰਟ ਧਾਇਰ ਕਰਨ ਦੇ ਆਦੇਸ਼ ਦਿੱਤੇ ਗਏ ਨੇ। ਮੁਹਾਲੀ ਵਾਸੀ ਐਡਵੋਕੇਟ ਸੁਨਾਣਾ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਧਾਇਰ ਕਰਦਿਆ ਕਿ ਪੰਜਾਬ ਆਪਣੇ ਸੱਭਿਆਚਾਰ ਤੇ ਇਤਿਹਾਸਿਕ ਵਿਰਸੇ ਲਈ ਜਾਣਿਆ ਜਾਂਦਾ ਹੈ। ਪਰ ਇਹਨਾਂ ਦੀ ਅਣਦੇਖੀ ਕਾਰਨ ਇਹ ਬਦਤਰ ਹਾਲਾਤ ਦੇ ਵਿੱਚ ਪਹੁੰਚ ਗਏ ਹਮ। ਫਤੇਗੜ ਸਾਹਿਬ ਦੇ ਸਦਨਾਕਿਆ ਸਾਹੀ ਮਸਜਿਦ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਇਮਾਰਤਾਂਵਾਂ ਦੇ ਵਿੱਚੋਂ ਇਹ ਖਾਨ ਇਸ ਮਸਜਿਦ ਦੀ ਮੁਰੰਮਤ ਤੇ ਮੁਰੰਮਤ ਵੱਲ ਧਿਆਨ ਨਾ ਦੇਣ ਕਾਰਨ ਇਹ ਖੰਡਰ ਬਣ ਚੁੱਕੇ ਨੇ ਇਸ ਲਈ ਨਾਲ ਹੀ 우ਸਤਾਦ ਸ਼ਾਗਿਰਦ ਦੇ ਮਕਬਰਾਂ ਵੀ ਇਹਨ ਗਿੱਲੀ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ ਤੇ ਇਸ ਦੀ ਹਾਲਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ